द खालस टीवी वेखरे सारे दर्शकों का स्वागत है। हेडलाइंस दे नाल मैं प्रनीत कौर। केंद्र सरकार अते किसानां विचाले अठवें दौर की मीटिंग भी बेसिटा रही। 8 जनवरी नूं मुड़ मीटिंग लई दित्ता सद्दा। किसान मजदूर संघर्ष कमेटी पंजाब भी पहली बार मीटिंग विच होई सी शामिल। मीटिंग दौरान किसानां अते केंद्रीय मंत्रियों वल्लों किसानी अंदोलन विच शहीद होए किसानां नूं दित्ती गई श्रद्धांजलि। खड़े हो के 2 मिनट का धारिया मौन। मीटिंग के शुरू विच ही किसानां ने रखी सी ये मंग। केंद्र सरकार ने खेती कानून रद्द करन तो कीता साफ इनकार। खेतीबाड़ी मंत्री नरेंद्र सिंह तोमर ने घट्टो घट समर्थन ते चर्चा करन दा दित्ता सी प्रस्ताव, किसानां ने कीता रद्द। केंद्र सरकार ने बिजली सोध बिल विच जरूरी बदलाव करन दा कीता ऐलान। प्रदूषण वाले ऑर्डिनेंसा तो किसानां नूं बाहर रखन दा दित्ता भरोसा। 12 जनवरी नूं अमृतसर तो किसानां दा जथा दिल्ली नूं करेगा कूच। 20 जनवरी नूं दिल्ली कूच करेगा तरन तारण तो किसानां दा एक होर जथा। किसान मजदूर संघर्ष कमेटी पंजाब दे सूबा जनरल सकत्तर सरवन सिंह पंधेर ने दित्ती जानकारी। 26 जनवरी नूं ट्रैक्टर परेड विच हिस्सा लैण दा कीता ऐलान। हुशियारपुर विच भाजपा लीडर तीक्षण सूद दे घर दे गेट ते गोहे दी ट्राली सुट्टण वाले किसानां दे 452 अते 307 दे दर्ज कीते गए केस वापस लैण दी वी कीती मंग। केंद्र सरकार दी नीयत अते नीति विच खोट। किसान मजदूर संघर्ष कमेटी पंजाब दे सूबा जनरल सकत्तर सरवन सिंह पंधेर ने कीता दावा। ਕਿਹਾ ਮੀਟਿੰਗਾਂ ਵਿੱਚ ਜਿਸ ਕਿਸਮ ਦੇ ਪ੍ਰਧਾਨ ਮੰਤਰੀ ਦੇ ਬਿਆਨ ਆ ਰਹੇ ਨੇ ਉਸ ਨਾਲ ਮੀਟਿੰਗਾਂ ਦਾ ਨਹੀਂ ਨਿਕਲਣ ਵਾਲਾ ਕੋਈ ਵੀ ਸਿੱਟਾ। ਆਸਟ੍ਰੇਲੀਆ ਦੀ ਇੱਕ ਅਖ਼ਬਾਰ ਪੇਂਡੂ ਆਸਟ੍ਰੇਲੀਆ ਪੰਜਾਬੀ ਅਖ਼ਬਾਰ ਨੇ ਕਿਸਾਨੀ ਸੰਘਰਸ਼ ਦਾ ਵਿਰੋਧ ਕਰ ਰਹੇ ਲੋਕਾਂ ਨੂੰ ਦਿੱਤਾ ਅਪਮਾਨ ਪੱਤਰ। ਆਸਟ੍ਰੇਲੀਆ ਦੇ ਇੱਕ ਪੱਤਰਕਾਰ ਮਿੰਟੂ ਬਰਾਡ ਨੇ ਸ਼ੁਰੂ ਕੀਤੀ ਮੁਹਿੰਮ। ਅਦਾਕਾਰ ਅਤੇ ਭਾਜਪਾ ਲੀਡਰ ਸੰਨੀ ਦਿਓਲ ਨੂੰ ਦਿੱਤਾ ਗਿਆ ਸਭ ਤੋਂ ਪਹਿਲਾਂ ਅਪਮਾਨ ਪੱਤਰ। ਹੁਣ ਤੱਕ ਗਾਇਕ ਹੰਸ ਰਾਜ ਹੰਸ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ, ਹਰਿਆਣੇ ਦੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ, ਗੋਦੀ ਮੀਡੀਆ ਦੇ ਸਿਰਕੱਢ ਪੱਤਰਕਾਰ ਸੁਧੀਰ ਚੌਧਰੀ, ਰਜਤ ਸ਼ਰਮਾ, ਅਰਨਬ ਗੋਸਵਾਮੀ, ਅੰਜਨਾ ਓਮ ਕਸ਼ਯਪ ਨੂੰ ਵੀ ਦਿੱਤਾ ਗਿਆ ਅਪਮਾਨ ਪੱਤਰ। ਰਿਲਾਇੰਸ ਇੰਡਸਟਰੀ ਲਿਮਿਟਿਡ ਨੇ ਆਪਣੀ ਸਹਾਇਕ ਕੰਪਨੀ ਰਿਲਾਇੰਸ ਜੀਓ ਜ਼ਰੀਏ ਪੰਜਾਬ ਹਰਿਆਣਾ ਹਾਈਕੋਰਟ 'ਚ ਦਾਇਰ ਕੀਤੀ ਪਟੀਸ਼ਨ। ਰਿਲਾਇੰਸ ਦੇ ਟਾਵਰਾਂ ਦੀ ਕੀਤੀ ਜਾ ਰਹੀ ਭੰਨ ਤੋੜ ਤੇ ਠੱਲ ਪਾਉਣ ਲਈ ਪੰਜਾਬ ਸਰਕਾਰ ਦੇ ਦਖਲ ਦੀ ਕੀਤੀ ਮੰਗ। ਕਿਸਾਨਾਂ ਤੇ ਹਰਿਆਣਾ ਪੁਲਿਸ ਦੀ ਕਾਰਵਾਈ ਦਾ ਮਾਮਲਾ ਪਹੁੰਚਿਆ ਸੁਪਰੀਮ ਕੋਰਟ। ਪੰਜਾਬ ਦੇ ਵਿਦਿਆਰਥੀਆਂ ਨੇ ਦਾਇਰ ਕੀਤੀ ਸੀ ਪਟੀਸ਼ਨ। ਦਿੱਲੀ ਜਾ ਰਹੇ ਕਿਸਾਨਾਂ ਤੇ ਹਰਿਆਣਾ ਪੁਲਿਸ ਦੇ ਬਲ ਦੀ ਵਰਤੋਂ ਦੀ ਜਾਂਚ ਕਰਨ ਦੀ ਕੀਤੀ ਮੰਗ। ਕਿਹਾ ਪੁਲਿਸ ਨੇ ਕਿਸਾਨਾਂ ਤੇ ਛੱਡੀਆਂ ਪਾਣੀ ਦੀਆਂ ਬੁਛਾੜਾਂ ਅਤੇ ਅਥਰੂ ਗੈਸ ਦੇ ਗੋਲੇ। ਕਿਸਾਨਾਂ ਦੇ ਦਰਜ ਕੀਤੇ ਗਏ ਕੇਸ ਵਾਪਸ ਲੈਣ ਦੀ ਵੀ ਕੀਤੀ ਮੰਗ। ਸੁਪਰੀਮ ਕੋਰਟ ਨੇ ਪੰਜਾਬ ਯੂਨੀਵਰਸਿਟੀ ਦੇ 35 ਵਿਦਿਆਰਥੀਆਂ ਦੀ ਪਟੀਸ਼ਨ 'ਤੇ ਵਿਚਾਰ ਕਰਨ ਦੀ ਦਿੱਤੀ ਪ੍ਰਵਾਨਗੀ। ਵਿਦਿਆਰਥੀਆਂ ਦੇ ਪੱਤਰ ਨੂੰ ਪਟੀਸ਼ਨ ਵਜੋਂ ਕੀਤਾ ਗਿਆ ਰਜਿਸਟਰਡ। ਗੋਹਾ ਸੁੱਟਣ ਵਾਲੇ ਕਿਸਾਨਾਂ ਖਿਲਾਫ਼ ਕੀਤੀ FIR ਰੱਦ ਨਾ ਹੋਈ ਤਾਂ ਜਲੰਧਰ ਦੇ ਸਾਰੇ ਰੋਡ ਕਰਾਂਗੇ ਬੰਦ। ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਮੈਂਬਰਾਂ ਨੇ FIR 6 ਜਨਵਰੀ ਤੱਕ ਵਾਪਸ ਲੈਣ ਦੀ ਦਿੱਤੀ ਚੇਤਾਵਨੀ। ਬੀਜੇਪੀ ਲੀਡਰ ਤੀਕਸ਼ਣ ਸੂਦ ਨੇ ਦਿੱਤਾ ਜਵਾਬ, ਕਿਹਾ ਇਸ ਮਾਮਲੇ ਵਿੱਚ ਧਾਰਾ 307 ਤਹਿਤ ਹੋਣੀ ਚਾਹੀਦੀ ਹੈ ਕਾਰਵਾਈ। ਹੁਸ਼ਿਆਰਪੁਰ 'ਚ ਭਾਜਪਾ ਲੀਡਰ ਤੀਕਸ਼ਣ ਸੂਦ ਦੇ ਘਰ ਅੱਗੇ ਗੋਹਾ ਸੁੱਟਣ ਦੇ ਮਾਮਲੇ 'ਚ ਦਰਜ ਪਰਚਾ ਰੱਦ ਕਰਵਾਉਣ ਲਈ SSP ਨਵਜੋਤ ਸਿੰਘ ਮਾਹਲ ਨੂੰ ਮਿਲਿਆ ਇੱਕ ਵਫਦ। ਮਾਹਲ ਨੇ ਨਿਰਪੱਖ ਜਾਂਚ ਕਰਨ ਦਾ ਦਿੱਤਾ ਭਰੋਸਾ। ਕਿਹਾ ਜਾਂਚ ਲਈ SIT ਦਾ ਕੀਤਾ ਗਿਆ ਗਠਨ, 2 ਦਿਨਾਂ ਵਿੱਚ ਪੇਸ਼ ਕੀਤੀ ਜਾਵੇਗੀ ਰਿਪੋਰਟ। ਭਾਜਪਾ ਲੀਡਰ ਹਰਜੀਤ ਗਰੇਵਾਲ ਦਾ ਸਮਾਜਿਕ ਬਾਈਕਾਟ ਕਰਨ ਵਾਲਿਆਂ ਵਿਰੁੱਧ ਦਰਜ ਕੀਤਾ ਗਿਆ ਕੇਸ। ਬਰਨਾਲਾ ਦੇ ਪਿੰਡ ਧਨੌਲਾ ਵਾਸੀਆਂ ਨੇ ਸਮਾਜਿਕ ਬਾਈਕਾਟ ਦਾ ਐਲਾਨ ਕਰਦਿਆਂ ਲਾਏ ਪੋਸਟਰ। ਪੁਲਿਸ ਨੇ ਵੱਖ ਵੱਖ ਧਾਰਾਵਾਂ ਤਹਿਤ ਪਰਚਾ ਕੀਤਾ ਦਰਜ। ਕਿਸਾਨ ਅੰਦੋਲਨ 'ਚ ਇੱਕ ਹੋਰ ਕਿਸਾਨ ਗੁਰਚਰਨ ਸਿੰਘ ਦੀ ਹੋਈ ਮੌਤ। ਪਿੰਡ ਬਖੋਪੀਰ ਦਾ ਰਹਿਣ ਵਾਲਾ ਸੀ ਕਿਸਾਨ। ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਅਗਵਾਈ ਹੇਠ ਦਿੱਲੀ ਮੋਰਚੇ 'ਚ ਸ਼ਾਮਲ ਹੋਇਆ ਸੀ ਕਿਸਾਨ। ਦਿੱਲੀ 'ਚ ਜ਼ਿਆਦਾ ਠੰਡ ਹੋਣ ਕਾਰਨ ਸਿਹਤ ਹੋਈ ਸੀ ਖਰਾਬ। ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅਕਾਦਮਿਕ ਸੈਸ਼ਨ 2020-2021 ਦੀ ਚੌਥੀ ਤਿਮਾਹੀ ਵਿੱਚ ਮੈਟ੍ਰਿਕ ਪੱਧਰ ਦੇ ਪੰਜਾਬੀ ਵਾਧੂ ਵਿਸ਼ੇ ਦੀ ਪ੍ਰੀਖਿਆ ਲੈਣ ਲਈ ਸ਼ਡਿਊਲ ਕੀਤਾ ਜਾਰੀ। 28 ਅਤੇ 29 ਜਨਵਰੀ 2021 ਨੂੰ ਹੋਵੇਗੀ ਪ੍ਰੀਖਿਆ। ਬਿਹਾਰ 'ਚ 9 ਮਹੀਨੇ ਬਾਅਦ ਮੁੜ ਖੁੱਲ੍ਹੇ ਸਕੂਲ, ਕਾਲਜ ਅਤੇ ਕੋਚਿੰਗ ਸੈਂਟਰਾਂ ਸਮੇਤ ਸਾਰੀਆਂ ਵਿੱਦਿਅਕ ਸੰਸਥਾਵਾਂ। ਕੇਜਰੀਵਾਲ ਸਰਕਾਰ ਨੇ ਦਿੱਲੀ ਦੇ ਚਾਂਦਨੀ ਚੌਂਕ 'ਚ ਢਾਇਆ ਇੱਕ ਮੰਦਰ। ਨਗਰ ਨਿਗਮ ਦੀ ਜ਼ਮੀਨ 'ਚ ਬਣਿਆ ਹੋਣ ਕਰਕੇ ਢਾਇਆ ਮੰਦਰ। ਕਿਹਾ ਮੰਦਰ ਦਾ ਨਹੀਂ ਹੈ ਕੋਈ ਵੀ ਇਤਿਹਾਸ। ਦਿੱਲੀ ਦੇ ਇਤਿਹਾਸਿਕ ਸੀਸਗੰਜ ਗੁਰਦੁਆਰਾ ਸਾਹਿਬ ਚਾਂਦਨੀ ਚੌਂਕ ਦੇ ਨੇੜੇ ਪੁਲਿਸ ਕੀਤੀ ਗਈ ਹੈ ਤੈਨਾਤ। ਦਿੱਲੀ ਦੇ ਚਾਂਦਨੀ ਚੌਂਕ ਨੂੰ ਕੀਤਾ ਗਿਆ ਸੀਲ। ਪੁਲਿਸ ਨੇ ਬੰਦ ਕਰਵਾਈਆਂ ਸਾਰੀਆਂ ਦੁਕਾਨਾਂ। RSS ਦੇ ਸਮਰਥਕਾਂ ਨੇ ਕੀਤੀ ਨਾਅਰੇਬਾਜ਼ੀ।
IS ने लई पाकिस्तान के बलोचिस्तान सूबे में घट गिनती शिया हजारा भाईचारे के 11 लोगों के कतल की जिम्मेवारी इस्लामिक स्टेट ने अमाक समाचार एजेंसी एक चिट्ठी भेज के किया खुलासा। बलोचिस्तान की राजधानी क्वेटा तो करीब 100 किलोमीटर दक्षिणी पूर्व में स्थित बोलान जिले के मश इलाके घटना दिता से अंजाम। कोले की खान च काम करने वाले करीब 11 मजदूरों अगवा करके गोली मार के की गई सी हत्या। पाकिस्तान गैस संकट का कर रहा सामना। पाकिस्तानी सरकार ने गैर निर्यात उद्योग के लिए गैस सप्लाई ते 21 महीने लिए लाई रोक। सूई दखनी गैस कंपनी ने दी जानकारी। ट्रंप चोणां च कथित धोखाधड़ी के अपने दावों साबित करने लिए फौज नूं विच ना घसीटन। अमरीका के 10 साबका रक्षा मंत्रियों ने साबका अमरीकी राष्ट्रपति डोनल्ड ट्रंप नूं कीता सुचेत। कहा अजिहा करन नाल देश विच पैदा हो सकती है खतरनाक गैर कानूनी असंविधानिक स्थिति। अमरीकी संसद ने मलाला यूसफजई वजीफा बिल किया पास। इस नाल पाकिस्तानी महिलावां नूं उच्च सिक्ख्या दी मुहैया किए जा रहे वजीफियां दी वधेगी गिनती। साबका राष्ट्रपति डोनल्ड ट्रंप के हस्ताक्षरां लई व्हाइट हाउस भेजा जाएगा बिल। हेडलाइंस वेखण वाले सारे दर्शकों का धन्यवाद।